ਦੋਸਤੋ ਭਾਨੇ ਸਿੱਧੂ ਦੀ ਰੈਲੀ ਤੇ ਸੰਗਰੂਰ ਭਗਵੰਤ ਮਾਨ ਦੀ ਕੋਠੀ ਘੇਰਨ ਜਾ ਰਹੇ ਸੀ ਕਿਸਾਨ। ਆਹ ਦੇਖੋ ਤੁਸੀਂ ਸਾਰੇ ਫੜ ਕੇ ਜਿਹੜੇ ਬੱਸ ਦੇ ਵਿੱਚ ਚੜਾ ਲਏ। ਇਸ ਵੇਲੇ ਆਪਾਂ ਕੁਲਵਿੰਦਰ ਬਿੱਲੇ ਦੇ ਪਿੰਡ ਢੈਪੀ ਖੜੇ ਆ, ਭੀਖੀ ਦੇ ਕੋਲ ਜਿਹੜਾ ਲਾਗੇ ਪੈਂਦਾ ਤੇ ਸੁਨਾਮ ਤੋਂ ਥੋੜੀ ਦੂਰ ਹੈ। ਤੇ ਇੱਧਰ ਦੇਖੋ ਬਹੁਤ ਸਾਰੇ ਕਿਸਾਨ ਜਿਹੜੇ ਇਥੋਂ ਲੰਘ ਰਹੇ ਸੀ ਸੰਗਰੂਰ, ਜਿਵੇਂ ਤੁਸੀਂ ਜਾਣਦੇ ਹੋ ਅੱਜ 3 ਤਰੀਕ ਦਾ ਦਿਨ ਦਿੱਤਾ ਸੀਗਾ ਭਗਵੰਤ ਮਾਨ ਦੀ ਜਿਹੜੀ ਕੋਠੀ ਘੇਰਨੀ ਸੀ ਨਾ, ਤੇ ਆ ਸਾਰੇ ਕਿਸਾਨ ਵੀਰ ਜਿੰਨੇ ਵੀ ਉੱਥੇ ਜਾ ਰਹੇ ਸੀ ਤੇ ਸਾਰਿਆਂ ਦੇ ਸਾਧਨ ਰੋਕ ਲਏ ਤੇ ਸਾਰਿਆਂ ਨੂੰ ਜਿਹੜਾ ਇੱਥੇ ਰੋਕਿਆ ਗਿਆ, ਉਦੋਂ ਬਾਅਦ ਜਿਹੜਾ ਬੱਸਾਂ ਦੇ ਵਿੱਚ ਚੜਾ ਕੇ ਥਾਣੇ ਠੋਕਿਆ। ਤੇ ਆ ਜਾਓ ਬਾਈਆਂ ਨਾਲ ਜਿਹੜੀ ਆਪਾਂ ਗੱਲਬਾਤ ਵੀ ਕਰਦੇ ਆ। ਥਾਣੇ ਚ ਵੀ ਹਾਜ਼ਰੀ ਪਵਾਉਣੀ ਆ, ਵੀ ਥਾਣੇ ਚ ਹਾਜ਼ਰੀ ਪਵਾ ਕੇ ਤੁਹਾਨੂੰ ਭੇਜ ਦਾ। ਮੈਂ ਵੀ ਥਾਣੇ ਚ ਵੀ ਆਪਾਂ ਵੀ ਨਹੀਂ ਜਾਂਦੇ, ਇੱਥੇ ਖੜ ਜਾਓ, ਕਿੱਥੇ ਭੇਜ ਦਾ ਵੀ ਥਾਣੇ ਚ ਨਾ ਜਾਓ, ਉਹਨਾਂ ਨੂੰ ਆਹੀ ਆਖਿਆ ਵੀ ਇੱਥੇ ਆਪਦਾ ਖੜੀ ਚੱਲੋ, ਕੋਈ ਗੱਲ ਨਹੀਂ। ਹਾਂ ਨਾ, ਇੱਕ ਮੌਂਸੀ ਨੂੰ ਭੇਜਿਆ ਸੀਗਾ ਵੀ ਥਾਣੇ ਚ ਹਾਜ਼ਰੀ ਪਵਾਉਣੀ ਆ, ਵੀ ਤੁਸੀਂ ਭਿੱਖੀ ਬਾਗ ਜੋ ਸਾਨੂੰ ਹਜੇ ਦੱਸਿਆ ਨਹੀਂ ਸੀਗਾ, ਇਹਨਾਂ ਨੂੰ ਆਖਿਆ ਵੀ ਥਾਣੇ ਚ ਜੇ ਨਾ ਜਾਓ ਵੀ ਇੱਥੇ ਆਪਦਾ ਖੜੀ ਚੱਲੋ। ਤੇ ਆਹ ਦੇਖੋ ਦੋਸਤੋ, ਤੁਸੀਂ ਬਾਈਆਂ ਦੇ ਮੂੰਹ ਜਿਹੜਾ ਸੁਣੇ ਲਿਆ, ਜਿੰਨੇ ਵੀ ਆਏ ਨੇ ਸਾਰੇ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਜਾ ਰਹੇ ਸੀ ਕੋਠੀ ਦਾ ਘਰਾਓ ਕਰਨ। ਜਿਵੇਂ ਕਿ ਤੁਸੀਂ ਜਾਣਦੇ ਹੋ ਭਾਨਾ ਸਿੱਧੂ ਜਿਹੜਾ ਲਗਾਤਾਰ ਉਸ 'ਤੇ ਪਰਚੇ ਵਧਾਏ ਜਾ ਰਹੇ ਨੇ, ਪਹਿਲਾਂ ਇੱਕ ਪਰਚਾ, ਫਿਰ ਦੋ, ਫਿਰ 3 ਅਤੇ ਫਿਰ 4, ਹੈ ਨਾ, ਸਦਾ ਲਈ ਅੰਦਰ ਡੱਕਣ ਦੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਨਜਾਇਜ਼ ਧੱਕਾ ਕਹਿ ਦਈਏ ਬਾਈ ਭਗਵੰਤ ਮਾਨ ਵੱਲੋਂ ਕੀਤਾ ਜਾ ਰਿਹਾ। ਉਹਦੇ ਸੰਬੰਧ ਵਿੱਚ ਪਹਿਲਾਂ ਕੋਟਦੂਨੇ ਵਿੱਚ ਇਕੱਠ ਹੋਇਆ ਅਤੇ ਅੱਜ ਜਿਹੜਾ ਭਾਨੇ ਸਿੱਧੂ ਨੂੰ ਲੈ ਕੇ ਸੰਗਰੂਰ ਵਿੱਚ ਭਗਵੰਤ ਮਾਨ ਦੀ ਕੋਠੀ ਘੇਰਨੀ ਸੀ, ਉੱਥੇ ਇਕੱਠ ਕਰਨ ਜਾ ਰਹੇ ਸੀ ਹੈ ਨਾ ਕਿਸਾਨ। ਅਤੇ ਉਸ ਤੋਂ ਪਹਿਲਾਂ ਹੀ ਜਿਹੜਾ ਸਾਰਿਆਂ ਨੂੰ ਘੇਰ ਲਿਆ, ਥਾਂ ਥਾਂ 'ਤੇ ਜਿਹੜੇ ਨਾਕੇ ਲਗਾਏ ਜਾ ਰਹੇ ਨੇ, ਜਿੱਥੇ ਵੀ ਕਿਸਾਨ ਆਉਂਦੇ ਨੇ ਕਿਤੇ ਵੀ ਆਉਂਦੇ, ਭਾਵੇਂ ਕੈਂਟਰ ਭਰ ਕੇ ਬੱਸ ਭਰ ਕੇ, ਸਾਰਿਆਂ ਨੂੰ ਜਿਹੜਾ ਪੁਲਿਸ ਵੱਲੋਂ ਅੰਦਰ ਜੇਲ੍ਹ ਦੇ ਵਿੱਚ ਡੱਕਿਆ ਜਾ ਰਿਹਾ ਹੈਗਾ, ਥਾਣੇ ਦੇ ਵਿੱਚ ਡੱਕਿਆ ਜਾ ਰਿਹਾ ਹੈਗਾ। ਅਤੇ ਆ ਜਾਓ ਆਪਾਂ ਹੋਰ ਵੀ ਬਾਈਆਂ ਨਾਲ ਜਿਹੜੀ ਗੱਲਬਾਤ ਕਰਾਉਂਦੇ ਹਾਂਗੇ। ਇੱਕ ਕਿਸਾਨ ਵੀਰ ਕਹੀ ਜਾਂਦੇ ਨੇ ਵੀ ਜਿਹੜਾ ਉਹਨਾਂ ਦਾ ਡਰਾਈਵਰ ਸੀ ਉਹ ਪੁਲਿਸ ਨੇ ਚੱਕ ਲਿਆ ਅਤੇ ਉਹਨੂੰ ਜਿਹੜਾ ਥਾਣੇ ਅੰਦਰ ਲੈ ਗਏ ਅਤੇ ਉਹ ਹੁਣ ਤੁਰ ਕੇ ਜਿਹੜਾ ਜਾ ਰਹੇ ਨੇ, ਹੈ ਨਾ, ਭਗਵੰਤ ਮਾਨ ਦੀ ਕੋਠੀ ਕਰਾ ਦਾ ਕੋਠੀ ਦਾ ਜਿਹੜਾ ਘਰਾਓ ਕਰਨ ਤੁਰ ਕੇ ਕਹਿੰਦੇ ਬਾਈ ਅਸੀਂ ਬੱਸ 'ਤੇ ਜਾਵਾਂਗੇ ਜੇ ਸਾਨੂੰ ਕਿਤੋਂ ਬੱਸ ਮਿਲਦੀ ਹੈ। ਅਤੇ ਆ ਜਾਓ ਬਾਈ ਉਹ ਬਾਈਆਂ ਨਾਲ ਵੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਦੱਸੋ ਭਾਈ ਦੇ ਸਾਹਿਬ, ਕਿਹੜੇ ਸਾਰੇ ਭਾਈ ਦੇਸੇ ਤੋਂ ਕਿਹੜੀ ਕਿੱਥੇ ਜਾ ਰਹੇ ਹੋ ਤੁਸੀਂ? ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਨ, ਭਾਨੇ ਸਿੱਧੂ ਦੇ ਸਾਡੀ ਗੱਡੀ ਇੱਥੇ ਨਾਕੇ ਤੇ ਰੋਕ ਲਈ ਪੁਲਿਸ ਵਾਲਿਆਂ ਨੇ, ਤੇ ਪੁਲਿਸ ਵਾਲੇ ਆਪਦੀ ਬੱਸ ਦੇ ਵਿੱਚ ਧੱਕੇ ਨਾਲ ਲਿਆ ਰਹੇ ਸੀ ਸਾਰਿਆਂ ਨੂੰ। ਉਹ ਸਾਡੇ ਡਰਾਈਵਰ ਨੂੰ ਲੈ ਗਏ ਤੇ ਸਾਡੇ ਕੋਲ ਜਾਣ ਲਈ ਕੋਈ ਸਾਧਨ ਨਹੀਂ ਸੀ, ਉੱਪਰ ਦੀ ਜਾ ਕੇ ਦੇਖਦਾ ਕੋਈ ਬੱਸ ਰੋਕ ਕੇ ਬੱਸ ਤੇ ਚੜ ਕੇ ਹੁਣ ਜਾਂਦੇ ਅੱਗੇ। ਅੱਛਾ, ਅੱਗੇ ਜਾਓ। ਹਾਂ, ਹੁਣ ਸਾਡਾ ਡਰਾਈਵਰ ਸੀ ਜਿਹੜਾ ਉਹ ਲੈ ਗਏ, ਹੋਰ ਨਾਕੇ ਤੇ ਬਹੁਤ ਭੀੜ ਸੀਗੀ, ਉਹ ਬੱਸ ਭਰ ਕੇ ਲੈ ਗਏ ਕਾਫੀ ਬੰਦੇ ਦੀ। ਹਾਂ, ਮਤਲਬ ਪੁਲਿਸ ਨੇ ਚੱਕ ਲਿਆ, ਪੁਲਿਸ ਨੇ ਚੱਕ ਲਿਆ। ਇਹ ਪੁਲਿਸ ਕਿੱਥੋਂ ਦੀ ਸੀ? ਭੀਖੀ ਥਾਣੇ ਦੇ ਲਿਆ ਰਹੇ ਨੇ। ਇਹ ਪਿੰਡ ਕਿਹੜਾ ਮਿਲਦਾ ਹੋਆ? ਇਹ ਢੈਪੀ, ਕੁਲਵਿੰਦਰ ਬਿੱਲੇ ਦਾ ਪਿੰਡ ਹੈ। ਸਾਡੇ ਕੋਈ ਸਾਥੀਆਂ ਵੀ ਲੈ ਗਏ ਨਾਲ? ਅੱਛਾ, ਕੋਈ ਸਾਥੀਆਂ ਨੂੰ ਨਾਲ ਲੈ ਗਏ। ਅੱਛਾ, ਹੁਣ ਅਸੀਂ ਬੱਸ ਦੇਖਦੇ ਇੱਧਰ ਦੀ ਜਾ ਕੇ ਵੀ ਬੱਸ ਰੁਕਾ ਕੇ ਕੋਈ ਬੱਸ ਤੇ ਜਾ ਰਹੇ ਹਾਂ।
ਜਿੰਨੇ ਵੀ ਸਾਡੇ ਨਾਲ ਦੇ ਸੀਗੇ ਸਭ ਨੂੰ ਚੱਕ ਲਿਆ ਪੁਲਿਸ ਦੇ ਰੈਂਕ ਦੇ ਵਿੱਚ ਵੀ ਵੱਡੇ ਵੱਡੇ ਮੁਲਾਜ਼ਮ ਨਾਕੇ ਦਿੱਤੇ ਖੜੇ ਨੇ ਨਾ ਤਨਾਤ ਨੇ ਐਸਐਚਓ ਵਗੈਰਾ ਸਭ ਵੱਡੇ 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 ਰੈਂਕ ਦੇ ਨਾ ਬਿਹੇਵੀਅਰ ਹੈ ਜੀ ਉਹਨਾਂ ਦਾ ਉਹ ਬੰਦਾ ਰਿਹਾਗਾ ਬਾਈ ਜੋ ਬਾਈ ਤੁਸੀਂ ਕੈਂਟਰਾਂ ਤੇ ਉਹ ਤਾਂ ਨਹੀਂ ਜ਼ਬਤ ਕਰੇ ਪੁਲਿਸ ਨੇ ਉਹ ਵੀ ਖੜਾ ਲਏ ਕੋਲੇ ਖੜਾ ਲਏ ਉਹ ਵੀ ਕਬਜ਼ੇ ਚ ਕਰ ਲਏ ਸਾਧਨਾ ਜਿਹੜਾ ਅੱਛਾ ਉਹ ਜਾਨੀ ਕਿ ਹਾਂਜੀ ਉਹ ਕਰ ਲਿਆ ਕੋਲੇ ਜ਼ਬਤ ਇਹਨਾਂ ਦੇ ਹੁਣ ਇੱਥੇ ਹੀ ਖੜਾ ਗਿਆ ਸਾਡਾ ਅੱਜ ਬਾਈ ਸਾਨੂੰ ਰੋਕ ਲਿਆ ਕਿੰਨਾ ਰੋਕ ਕਿੰਨੇ ਕੀ ਬਾਜ਼ ਦੱਬਣਗੇ ਹਾਂਜੀ ਹਾਂਜੀ ਠੀਕ ਹੈ ਹਣਾ ਵੀ ਸੀ ਉਹਦੇ ਹੱਕ ਤੇ ਜਾਵਾਂਗੇ ਤੁਸੀਂ ਬੱਸਾਂ ਦੇ ਚੜ ਕੇ ਜਾਵਾਂ ਜਿਵੇਂ ਨਾ ਜਿਵੇਂ ਜਾਉਂ ਮੈਂ ਜਾਉਂਗਾ ਜਾਣਾ ਪੈਂਦਾ